ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਆ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਮੈਂ ਆ ਸੁਮਨ ਪ੍ਰੀਤ ਕੌਰ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਪੰਜਾਬੀ ਵਿਆਕਰਨ ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ ਐਮਸੀਕਿਊ ਦਾ ਪਾਰਟ 10 ਕਰਨ ਜਾ ਰਹੇ ਹਾਂ ਹਾਂਜੀ ਜਿਹੜੇ ਵੀ ਸਟੂਡੈਂਟ ਫੋਰੈਸਟ ਗਾਰਡ ਵੀਡੀਓ ਕਲਰਿਕ ਐਕਸਰਸਾਈਜ਼ ਟੈਕਸ ਇੰਸਪੈਕਟਰ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਜਿਵੇਂ ਕਿ ਤੁਹਾਨੂੰ ਪਤਾ ਹੈ ਤੁਹਾਡੇ ਸਿਲੇਬਸ ਦੇ ਵਿੱਚ ਪੰਜਾਬੀ ਗ੍ਰਾਮਰ ਇੱਕ ਮੇਨ ਟਾਪਿਕ ਆ ਤਾਂ ਪੰਜਾਬੀ ਵਿਆਕਰਨ ਜਿਸ ਦੇ ਨਾਲ ਰਿਲੇਟਿਡ ਅਸੀਂ MCQ ਕਰ ਰਹੇ ਆ ਜਿਸ ਦੇ ਨਾਲ ਰਿਲੇਟਿਡ ਤੁਹਾਡੀਆਂ ਡੇਲੀ ਕਲਾਸਿਸ ਲੱਗ ਰਹੀਆਂ ਨੇ ਜਿਹੜੇ ਵੀ ਸਟੂਡੈਂਟ ਇਹਨਾਂ ਪੋਸਟਸ ਦੇ ਵਿੱਚੋਂ ਕਿਸੇ ਵੀ ਪੋਸਟ ਦੀ ਤਿਆਰੀ ਕਰ ਰਹੇ ਨੇ ਉਹਨਾਂ ਦੇ ਲਈ ਸਾਰੇ 파ਰਟ ਹੀ ਪੰਜਾਬੀ ਵਿਆਕਰਨ ਦੇ ਨਾਲ ਰਿਲੇਟਿਡ ਅਟੈਂਡ ਕਰਨੇ ਜ਼ਰੂਰੀ ਆ ਤੇ ਜਿਹੜੇ ਵੀ ਸਟੂਡੈਂਟ ਇਸ ਪਾਰਟ ਨੂੰ ਪਹਿਲੀ ਵਾਰ ਦੇਖ ਰਹੇ ਆ ਤਾਂ ਮੈਂ ਜ਼ਰੂਰ ਤੁਹਾਨੂੰ ਇਹ ਦੱਸਾਂਗੀ ਕਿ ਤੁਹਾਨੂੰ ਆਪਣੇ ਆਪ ਵੀ ਦੇਖ ਕੇ ਪਤਾ ਲੱਗਦਾ ਹੋਵੇਗਾ ਕਿ ਇਸ ਦੇ ਵਿੱਚੋਂ ਤੁਹਾਨੂੰ ਕੁਝ ਵੀ ਸਮਝ ਨਹੀਂ ਆਵੇਗਾ ਜੇਕਰ ਤੁਸੀਂ ਪਹਿਲੇ ਪਾਰਟ ਨਹੀਂ اٹੈਂਡ ਕੀਤੇ ਤਾਂ ਪਹਿਲਾਂ ਪਹਿਲੇ ਪਾਰਟ ਨੂੰ اٹੈਂਡ ਕਰੋ ਫਿਰ ਹੀ ਤੁਹਾਨੂੰ ਇਹ ਪਾਰਟ ਸਮਝ ਆਵੇਗਾ ਅੱਜ ਸਾਡਾ ਪਾਰਟ ਨੰਬਰ 10 ਜਾਨੀ ਕਿ ਪੰਜਾਬੀ ਗ੍ਰਾਮਰ ਦੀ ਕਲਾਸ 10ਵੀਂ ਲੱਗਣ ਜਾ ਰਹੀ ਆ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਆਪਣੀਆਂ ਕੁਐਸ਼ਨ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਲਾਸਟ ਟਾਈਮ ਅਸੀਂ ਯੋਜਕ ਵਾਰੀ ਕਰ ਰਹੇ ਸੀ ਤਾਂ ਇੱਕ ਵਾਰ ਅਸੀਂ ਯੋਜਕ ਦੀ ਡੈਫੀਨੇਸ਼ਨ ਦੇਖ ਲੈਣੇ ਆ ਮੈਂ ਤੁਹਾਨੂੰ ਦਿਖਾ ਦੇਣਾ ਚਾਹੁੰਦੀ ਹਾਂ ਯੋਜਕ ਯੋਜਕ ਦੀ ਡੈਫੀਨੇਸ਼ਨ ਅਸੀਂ 134 ਨੰਬਰ ਕੁਐਸ਼ਨ ਦੇ ਵਿੱਚ ਕੀਤੀ ਸੀ ਕਿ ਜਿਹੜਾ ਸ਼ਬਦ ਦੋ ਸ਼ਬਦਾਂ ਨੂੰ ਜਾਂ ਵਾਕਾਂ ਨੂੰ ਜੋੜੇ ਉਸ ਨੂੰ ਅਸੀਂ ਯੋਜਕ ਬੋਲਦੇ ਹਾਂ ਠੀਕ ਹੈ ਫੋਰ ਐਗਜ਼ਾਮਪਲ ਮੋਹਨ ਅਤੇ ਸੋਹਣ ਗੈਰਹਾਜ਼ਰ ਆ ਮਤਲਬ ਕੀ ਆ ਦੋ ਵਿਦਿਆਰਥੀ ਆ ਜਿਨ੍ਹਾਂ ਨੂੰ ਜੋੜ ਕੇ ਦੱਸ ਰਿਹਾ ਕਿ ਦੋਵੇਂ ਗੈਰਹਾਜ਼ਰ ਆ ਇਹਨੂੰ ਅਸੀਂ ਯੋਜਕ ਬੋਲਾਂਗੇ ਜਿਵੇਂ ਯੋਜਕ ਕਿਹੜੇ-ਕਿਹੜੇ ਹੁੰਦੇ ਆ ਤੇ ਅਤੇ ਪਰ ਕਿਉਂਕਿ ਜਿਹੜਾ ਠੀਕ ਹੈ ਜਿਹੜੇ ਦੋ ਸ਼ਬਦਾਂ ਨੂੰ ਜੋੜ ਦਿੰਦੇ ਆ ਦੋ ਵਾਕਾਂ ਨੂੰ ਜੋੜ ਦਿੰਦੇ ਆ ਇਹ ਹੀ ਸ਼ਬਦ ਹੁੰਦੇ ਆ ਤਾਂ ਉਹਨਾਂ ਨੂੰ ਅਸੀਂ ਕੀ ਬੋਲਦੇ ਹਾਂ ਯੋਜਕ ਅਸੀਂ ਫਿਰ ਗੱਲ ਕੀਤੀ ਸੀ ਅੱਗੇ ਕਿ ਯੋਜਕ ਦੋ ਪ੍ਰਕਾਰ ਦੇ ਹੁੰਦੇ ਆ ਸਮਾਨ ਯੋਜਕ ਅਧীন ਯੋਜਕ ਠੀਕ ਹੈ ਸਮਾਨ ਯੋਜਕ ਤੇ ਅਧীন ਯੋਜਕ ਸਮਾਨ ਯੋਜਕ ਕਿਹੜੇ ਹੁੰਦੇ ਆ ਜਿਹੜੇ ਦੋ ਬਰਾਬਰ ਦੀਆਂ ਚੀਜ਼ਾਂ ਨੂੰ ਜੋੜਦੇ ਆ ਜਿਵੇਂ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਆ ਮਤਲਬ ਕੀ ਆ ਕਿ ਪੰਜਾਬ ਅਤੇ ਹਰਿਆਣਾ ਦੋਵੇਂ ਕੀ ਆ ਰਾਜ ਆ ਤੇ ਦੋਵੇਂ ਕੀ ਆ ਦੋਨਾਂ ਦੀ ਪੋਜੀਸ਼ਨ ਸਮਾਨ ਆ ਦੋਨੇ ਬਰਾਬਰ ਚੀਜ਼ਾਂ ਆ ਤੇ ਇਹਨਾਂ ਦੋਨਾਂ ਨੂੰ ਹੀ ਜੋੜਤਾ ਉਹਨੇ ਵਾਕ ਬਣਾਤਾ ਤਾਂ ਇਹਨੂੰ ਅਸੀਂ ਬੋਲਾਂਗੇ ਸਮਾਨ ਯੋਜਕ ਠੀਕ ਹੈ ਫਿਰ ਅਸੀਂ ਗੱਲ ਕੀਤੀ ਸੀ ਅੱਗੇ ਸਮਾਨ ਯੋਜਨ ਦੀਆਂ ਕਿ ਹੋਰ ਕਿਸਮਾਂ ਦੀ ਇੱਥੇ ਸਾਡਾ ਲਾਸਟ ਐਂਡ ਕੀਤਾ ਸੀ ਅਸੀਂ ਵੀਡੀਓ ਦਾ ਤੇ ਅੱਜ ਅਸੀਂ ਇਥੋਂ ਪੂਰੀ ਡਿਟੇਲ ਦੇ ਵਿੱਚ ਸਟਾਰਟ ਕਰਦੇ ਹਾਂ ਹਾਂਜੀ ਅਸੀਂ ਬੋਲਨੇ ਕਿ ਸਮਾਨ ਯੋਜਕ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ ਸਮਾਨ ਯੋਜਕ ਮੈਂ ਤੁਹਾਨੂੰ ਹੁਣ ਦੱਸ ਦਿੰਦਾ ਏ ਕਿ ਦੋ ਬਰਾਬਰ ਦੀਆਂ ਚੀਜ਼ਾਂ ਦੇ ਵਿੱਚ ਸਬੰਧ ਦੱਸਦਾ ਵਾ ਤਦ ਉਹਨੂੰ ਸਮਾਨ ਯੋਜਕ ਬੋਲਦੇ ਹਾਂ ਠੀਕ ਹੈ ਜਿਵੇਂ ਫੋਰ ਐਗਜ਼ਾਮਪਲ ਹੁਣ ਅਸੀਂ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਸਮਾਨ ਯੋਜਕ ਦੀਆਂ ਅੱਗੇ ਹੋਰ ਕਿੰਨੀਆਂ ਕਿਸਮਾਂ ਹਨ ਹਾਂਜੀ ਸਮਾਨਯੋਜਕ ਯੋਜਕ ਦੀ ਪਹਿਲੀ ਕਿਸਮ ਆ ਠੀਕ ਹੈ ਤੇ ਇਸ ਦੀਆਂ ਅੱਗੇ ਕਿਸਮਾਂ ਨੇ ਇਹਦੀਆਂ ਅੱਗੇ ਕਿਸਮਾਂ ਨੇ ਚਾਰ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਕਿਹੜੀਆਂ ਕਿਹੜੀਆਂ ਸਮੁੱਚੀ ਸਮਾਨਯੋਜਕ ਵਿਕਲਪੀ ਸਮਾਨਯੋਜਕ ਨਿਕੇਦੀ ਸਮਾਨਯੋਜਕ ਅਤੇ ਕਾਰਜਬੋਧਕ ਸਮਾਨਯੋਜਕ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਅੱਗੇ ਅਸੀਂ ਬਾਈ ਡੈਫੀਨੇਸ਼ਨ ਸਟੈਪ ਬਾਈ ਸਟੈਪ ਐਮਸੀਕਿਊ ਦੇ ਵਿੱਚ ਡਿਸਕਸ ਕਰਦੇ ਹਾਂ ਸਮਾਨਯੋਜਕ ਦੀਆਂ ਕਿਸਮਾਂ ਨੂੰ ਵੀ ਜਿਹੜੇ ਸਮਾਨਯੋਜਕ ਦੋ ਸਤੰਤਰ ਬਾਕਾਂ ਜਾਂ ਸਮਾਨ ਉਪਵਰਕਾਂ ਨੂੰ ਸਧਾਰਨ ਰੂਪ ਵਿੱਚ ਜੋੜ ਕੇ ਸਮੁੱਚਾ ਭਾਵ ਪ੍ਰਗਟ ਕਰਨ ਉਹਨਾਂ ਨੂੰ ਕੀ ਕਹਿੰਦੇ ਆ ਹਾਂਜੀ ਜਿਹੜੇ ਸਮਾਨਯੋਜਕ ਦੋ ਸਤੰਤਰ ਜਾਂ ਸਮਾਨ ਉਪਵਰਕਾਂ ਨੂੰ ਸਧਾਰਨ ਰੂਪ ਦੇ ਵਿੱਚ ਜੋੜ ਕੇ ਸਮੁੱਚਾ ਭਾਵ ਪ੍ਰਗਟ ਕਰਨ ਉਹਨਾਂ ਨੂੰ ਸਮੁੱਚੀ ਸਮਾਨਯੋਜਕ ਬੋਲਦੇ ਆ অপਸ਼ਨ ਨੰਬਰ ਏ ਇਜ਼ ਅ ਰਾਈਟ ਆਨਸਰ ਫਾਰ ਐਗਜ਼ਾਮਪਲ ਫੇਰੋ ਤੁਰੋ ਅਤੇ ਸਿਹਤ ਵੀ ਬਣਾਓ ਫੇਰੋ ਤੁਰੋ ਅਤੇ ਸਿਹਤ ਵੀ ਬਣਾਓ ਰੋਟੀ ਵੀ ਖਾਓ ਤੇ ਗੱਪਾਂ ਵੀ ਮਾਰੋ ਠੀਕ ਹੈ ਰੋਟੀ ਵੀ ਖਾਓ ਤੇ ਗੱਪਾਂ ਵੀ ਮਾਰੋ ਇਸ ਦੇ ਵਿੱਚ ਜਿਹੜਾ ਅਤੇ ਆ ਅਤੇ ਤੇ ਆ ਇਹ ਦੋਵੇਂ ਕੀ ਆ ਸਮੁੱਚੀ ਸਮਾਨਯੋਜਕ ਆ ਠੀਕ ਹੈ ਨੈਕਸਟ ਕੋਲ ਜਿਹੜੇ ਸ਼ਬਦ ਅਜਿਹੇ ਸਤੰਤਰ ਵਾਕਾਂ ਨੂੰ ਜੋੜਨ ਜਿੰਨਾ ਤੋਂ ਉਹਨਾਂ ਦੇ ਵਟਾਂਦਰੇ ਦਾ ਭਾਵ ਪ੍ਰਗਟ ਹੋਵੇ ਹਾਂਜੀ ਜਿਹੜੇ ਸੁਤੰਤਰ ਵਾਕਾਂ ਨੂੰ ਜੋੜਦੇ ਆ ਜਿਨ੍ਹਾਂ ਤੋਂ ਉਹਨਾਂ ਦੇ ਵਟਾਂਦਰੇ ਦਾ ਵੀ ਉਹਦਾਂ ਦਾ ਵਟਾਂਦਰਾ ਕੀਤਾ ਗਿਆ ਵਾ ਇਹ ਭਾਵ ਪ੍ਰਗਟ ਹੋਵੇ ਉਹਨਾਂ ਨੂੰ ਕੀ ਕਹਿੰਦੇ ਆ ਹਾਂਜੀ ਉਸ ਨੂੰ ਬੋਲਦੇ ਆ ਵਿਕਲਪੀ ਸਮਾਨ ਯੋਜਕ ਆਪਸ਼ਨ ਨੰਬਰ ਬੀ ਇਜ਼ ਅ ਰਾਈਟ ਆਂਸਰ ਫਾਰ ਐਗਜ਼ਾਮਪਲ ਜਿਹੜੇ ਸ਼ਬਦ ਕਿਹੜੇ ਆ ਜਿਨ੍ਹਾਂ ਨੂੰ ਵਟਾਂਦਰੇ ਜਿਹੜੇ ਸ਼ਬਦ ਵਾਕਾਂ ਨੂੰ ਜੋੜਨ ਅਤੇ ਉਹਨਾਂ ਦੇ ਵਟਾਂਦਰੇ ਦਾ ਭਾਵ ਪ੍ਰਗਟ ਕਰਨ ਫੋਰ ਐਗਜ਼ਾਮਪਲ ਇਹ ਲੇਖ ਤੂੰ ਲਿਖ ਭਾਵੇਂ ਉਹ ਲਿਖੇ ਨੇ ਕਿਹਾ ਕਿ ਇਹ ਲੇਖ ਤੂੰ ਲਿਖ ਭਾਵੇਂ ਉਹ ਲਿਖੇ ਤਾਂ ਇਹਦੇ ਵਿੱਚ ਭਾਵੇਂ ਕੀ ਆ ਭਾਵੇਂ ਹੈਗਾ ਵਿਕਲਪੀ ਸਮਾਨ ਯੂਜਕ ਠੀਕ ਹੈ ਜੀ ਨੈਕਸਟ ਕੁਐਸ਼ਨ ਜਿਹੜੇ ਸ਼ਬਦ ਅਜਿਹੇ ਸਤੰਤਰ ਵਾਕਾਂ ਨੂੰ ਜੋੜਨ ਜਿੰਨਾ ਤੋਂ ਉਹਨਾਂ ਦਾ ਆਪਸੀ ਟਕਰਾ ਜਾਂ ਵਿਰੋਧ ਪ੍ਰਗਟ ਹੋਵੇ ਉਸ ਨੂੰ ਕੀ ਕਹਿੰਦੇ ਆ ਹਾਂਜੀ ਜਿਹੜੇ ਸ਼ਬਦ ਸਤੰਤਰ ਵਾਕਾਂ ਨੂੰ ਜੋੜਨ ਜਿੰਨਾਂ ਤੋਂ ਉਹਨਾਂ ਦਾ ਆਪਸੀ ਟੱਕਰਾ ਜਾਂ ਵਿਰੋਧ ਪ੍ਰਗਟ ਹੋਵੇ ਉਸ ਨੂੰ ਬੋਲਦੇ ਆ ਨਿਖੇਦੀ ਸਮਾਨਯੋਜਕ ਆਪਸ਼ਨ ਨੰਬਰ ਸੀ ਇਜ਼ ਅ ਰਾਈਟ ਆਨਸਰ ਫਾਰ ਐਗਜ਼ਾਮਪਲ ਉਹ ਕਮਜ਼ੋਰ ਹੈ ਪਰੰਤੂ ਡਰਪੋਕ ਨਹੀਂ ਉਹਨੇ ਕਿ ਵਿਰੋਧ ਹੋ ਰਿਹਾ ਨਾ ਦੇਖੋ ਇੱਕ ਤਾਂ ਉਹਨੇ ਦੱਸਤਾ ਵੀ ਉਹ ਕਮਜ਼ੋਰ ਆ ਪਰ ਹੋ ਸਕਦਾ ਧੂਕ ਵੀ ਹੋਵੇ ਇਸੇ ਕਰਕੇ ਕਮਜ਼ੋਰ ਆ ਪਰ ਉਹਨੇ ਕਹਿਤਾ ਵਿਰੋਧ ਕਰਤਾ ਕਿ ਉਹ ਧਰਪੋਕ ਨਹੀਂਗਾ ਕਮਜ਼ੋਰ ਜ਼ਰੂਰ ਆ ਤਾਂ ਇਸ ਦੇ ਵਿੱਚ ਜਿਹੜਾ ਪ੍ਰੰਤੂ ਆ ਤਾਂ ਇਹਨੂੰ ਕਿ ਅਸੀਂ ਬੋਲਾਂਗੇ ਕਿ ਇਹ ਨਿਖੇਦੀ ਆ ਮਤਲਬ ਦੋ ਵਾਕਾਂ ਨੂੰ ਨਿਖੇੜ ਕੇ ਦੱਸ ਰਿਹਾ ਉਹਦੀ ਨੇ ਕੇੜ ਕੇ ਵਿਸ਼ੇਸ਼ਤਾ ਦਾ ਅਸਰਿਆ ਵਾ ਪ੍ਰੰਤੂ ਠੀਕ ਹੈ ਫਿਰ ਅਗਲੀ ਐਗਜ਼ਾਮਪਲ ਦੇਖ ਲੈਂਦੇ ਆ ਉਹ ਗਰੀਬ ਹੈ ਤਾ ਵੀ ਖੁੱਲ੍ਹ ਦਿਲਾ ਹੈ ਹਾਂਜੀ ਉਹ ਗਰੀਬ ਆ ਪਰ ਫਿਰ ਵੀ ਖੁੱਲੇ ਦਿਲ ਵਾਲਾ ਵਾ ਤਾਂ ਵੀ ਤਾਂ ਵੀ ਜਿਹੜਾ ਇਹ ਕੀ ਇੱਥੇ ਨਿਖੇਦੀ ਹੈ ਨਿਖੇੜ ਕੇ ਦਾ ਸਰੀਆਣਾ ਇਸ ਕਰਕੇ ਇਹਨੂੰ ਅਸੀਂ ਬੋਲਾਂਗੇ ਨਿਖੇਦੀ ਸਮਾਨਯੋਜਕ ਨੈਕਸਟ ਜਦੋਂ ਸਮਾਨ ਸਮਾਨਯੋਜਕ ਦੋ ਜਿਹੇ ਸਤੰਤਰ ਵਾਕਾਂ ਨੂੰ ਜਿਹੜਾ ਕਿ ਇੱਕ ਵਾਕ ਕਾਰਨ ਪ੍ਰਗਟ ਕਰੇ ਅਤੇ ਦੂਜਾ ਕਾਰਜ ਪ੍ਰਗਟ ਕਰੇ ਉਸ ਨੂੰ ਕੀ ਕਹਿੰਦੇ ਆ ਹਾਂਜੀ ਸਮਾਨਯੋਜਕ ਦੋ ਜਿਹੇ ਸਤੰਤਰ ਵਾਕਾਂ ਨੂੰ ਜੋੜੇ ਜਿਹੜਾ ਇੱਕ ਤਾਂ ਵਾਕ ਪਰ ਕਾਰਨ ਪ੍ਰਗਟ ਕਰੇ ਤੇ ਦੂਜਾ ਕਾਰਜ ਪ੍ਰਗਟ ਕਰੇ ਇੱਕ ਕਾਰਜ ਪ੍ਰਗਟ ਕਰੇ ਦੂਸਰਾ ਕਰਮ ਪ੍ਰਗਟ ਕਰੇ ਇਸ ਤਰ੍ਹਾਂ ਵੀ ਬੋਲ ਸਕਦੇ ਆ ਉਸ ਨੂੰ ਅਸੀਂ ਬੋਲਦੇ ਆ ਕਾਰਜਬੋਧਕ ਕਾਰਜਬੋਧਕ ਸਮਾਨ ਆਪਸ਼ਨ ਨੰਬਰ ਡੀ ਇਜ਼ ਅ ਰਾਈਟ ਆਨਸਰ ਫਾਰ ਐਗਜ਼ਾਮਪਲ ਉਸ ਦਾ ਵਿਹਾਰ ਚੰਗਾ ਨਹੀਂ ਇਸ ਲਈ ਮੈਂ ਉਦਾਹਰਨ ਨਹੀਂ ਦਿੰਦਾ ਇਸ ਲਈ ਇਸ ਲਈ ਕੀ ਹੈ ਇਹਦੇ ਵਿੱਚ ਕਾਰਜ ਬੋਧਕ ਸਮਾਨ ਮਤਲਬ ਕੀ ਹੈ ਉਸ ਦਾ ਵਿਹਾਰ ਚੰਗਾ ਨਹੀਂਗਾ ਇਸ ਲਈ ਮੈਂ ਉਸ ਨੂੰ ਉਦਾਹਰਨ ਨਹੀਂ ਦਿੰਦਾ ਇਸ ਲਈ ਇਸ ਦੇ ਵਿੱਚ ਹੋ ਗਿਆ ਕਾਰਜਵੋਤਕ ਸਮਾਨ ਨੈਕਸਟ ਜਿਹੜੇ ਸ਼ਬਦ ਮਿਸ਼ਰਤ ਵਾਕ ਵਿੱਚ ਪ੍ਰਧਾਨ ਉਪਵਾਕ ਦੇ ਅਧੀਨ ਉਪਵਾਕਸ ਨੂੰ ਆਪਸ ਦੇ ਵਿੱਚ ਜੋੜਨ ਉਸ ਨੂੰ ਕੀ ਕਹਿੰਦੇ ਹਨ ਹਾਂਜੀ ਜਿਹੜੇ ਸ਼ਬਦ ਮਿਸ਼ਰਤ ਵਾਕ ਵਿੱਚ ਪ੍ਰਧਾਨ ਉਪਵਾਕ ਤੇ ਅਧੀਨ ਉਪਵਾਕ ਨੂੰ ਆਪਸ ਦੇ ਵਿੱਚ ਜੋੜਦੇ ਆ ਉਸ ਨੂੰ ਬੋਲਦੇ ਆਂ ਅਧੀਨ ਯੋਜਕ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਇਹ ਯੋਜਕ ਦੀ ਦੂਜੀ ਕਿਸਮ ਆ ਠੀਕ ਹੈ ਦੂਜੀ ਕਿਸਮ ਦੀ ਗੱਲ ਕਰ ਰਹੇ ਹਾਂ ਅਸੀਂ ਜਿਹੜੇ ਸ਼ਬਦ ਮਿਸ਼ਰਤ ਵਾਕ ਅਧਿਵਿੱਚ ਪ੍ਰਧਾਨ ਉਪਵਾਕ ਤੇ ਅਧੀਨ ਉਪਵਾਕ ਨੂੰ ਜੋੜਨ ਉਸ ਨੂੰ ਅਧੀਨਯੋਜਕ ਬੋਲਦੇ ਆ ਫਾਰ ਐਗਜ਼ਾਮਪਲ ਕੀ ਕਿਉਂ ਕਿ ਫੋਰ ਐਗਜ਼ਾਮਪਲ ਦੇਖ ਲੈਂਦੇ ਆਂ ਅਸੀਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਕਿਰਤ ਕਰਕੇ ਖਾਓ ਇਸ ਦੇ ਵਿੱਚ ਜਿਹੜਾ ਕੀ ਹੈ ਕੀ ਹੈ ਅਦੀਨਯੋਜਿਕਾ ਮਤਲਬ ਕੀ ਹੈ ਜਿਹੜਾ ਕੀ ਆ ਉਹਨੇ ਕੀ ਕੀਤਾ ਉਪਵਾਹ ਅਤੇ ਵਾਕ ਨੂੰ ਆਪਸ ਦੇ ਵਿੱਚ ਜੋੜ ਦਿੱਤਾ ਵੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿਰਤ ਕਰਕੇ ਖਾਓ ਅੱਗੇ ਸਕੂ ਹਾਂਜੀ ਇੱਥੇ ਤੁਸੀਂ ਕੋਈ ਵੀ ਨਾਮ ਪਾ ਲਓ ਰਾਮ ਸਕੂਲ ਨਹੀਂ ਆਇਆ ਕਿਉਂਕਿ ਉਹ ਬਿਮਾਰ ਹੈ ਠੀਕ ਹੈ ਸਿਕੰਦਰ ਸਕੂਲ ਨਹੀਂ ਆਇਆ ਕਿਉਂਕਿ ਉਹ ਬਿਮਾਰ ਹੈ ਇੱਥੇ ਜਿਹੜਾ ਕਿਉਂ ਕਿ ਆ ਇਹ ਕੀ ਆ ਅਧীন ਅਧীন ਯੋਜਨਾ ਯੋਜਕਾ ਨੈਕਸਟ ਕੁਐਸ਼ਨ ਅਧীন ਯੋਜਿਕ ਦੀਆਂ ਅੱਗੇ ਹੋਰ ਕਿੰਨੀਆਂ ਕਿਸਮਾਂ ਹਨ ਹਾਂਜੀ ਅਧীন ਯੋਜਿਕ ਦੀਆਂ ਅੱਗੇ ਕਿੰਨੀਆਂ ਕਿਸਮਾਂ ਹਨ ਸੱਤ ਕਿਸਮਾਂ ਹਨ ਕਿੰਨੀਆਂ ਨੇ ਸੱਤ ਕਿਹੜੀਆਂ-ਕਿਹੜੀਆਂ ਨੇ ਉਹ ਅਸੀਂ ਅੱਗੇ ਦੇਖ ਲੈਨੇ ਆ ਸਮਾਨ ਅਧਿਕਰਣ ਕਾਰਣਵਾਚਕ ਵਾਲਾ ਵਾਚਕ ਮੰਤਵਾਚਕ ਸ਼ਰਤਵਾਚਕ ਵਿਰੋਧਵਾਚਕ ਤੁਲਨਾਵਾਚਕ ਅੱਗੇ ਅਸੀਂ ਐਮਸੀਕਿਊ ਬਾਈ ਸਟੈਪ ਬਾਈ ਸਟੈਪ ਇਹਨਾਂ ਨੂੰ ਵੀ ਡਿਸਕਸ ਕਰ ਲੈਨੇ ਆ ਤਾਂ ਜਦੋਂ ਅਧੀਨ ਉਪਵਾਕ ਪ੍ਰਧਾਨ ਉਪਵਾਕ ਦੇ ਕਿਸੇ ਸ਼ਬਦ ਦੀ ਵਿਆਖਿਆ ਕਰੇ ਤਾਂ ਜਿਹੜੇ ਉਪਵਾਕਾਂ ਨੂੰ ਜੋੜਨ ਵਾਲੇ ਅਧੀਨ ਯੋਜਕ ਨੂੰ ਕੀ ਕਹਿੰਦੇ ਆ ਹਾਂਜੀ ਜਦੋਂ ਅਧੀਨ ਉਪਵਾਕ ਕਿਸੇ ਪ੍ਰਧਾਨ ਉਪਵਾਕ ਦੇ ਸ਼ਬਦ ਦੀ ਵਿਆਖਿਆ ਕਰੇ ਤਾਂ ਉਸ ਤਰ੍ਹਾਂ ਦੇ ਵਾਕਾਂ ਨੂੰ ਜੋੜਨ ਵਾਲੇ ਨੂੰ ਸਮਾਨ ਨधिकरण ਕਹਿੰਦੇ ਆ অপਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਫਾਰ ਐਗਜ਼ਾਮਪਲ ਤੂੰ ਤਾਂ ਇਸ ਤਰ੍ਹਾਂ ਭੋਲਾ ਬਣ ਰਿਹਾ ਹੈ ਜਿਕਰ ਤੈਨੂੰ ਪਤਾ ਹੀ ਨਹੀਂ ਹੁੰਦਾ ਵੀ ਤੂੰ ਤਾਂ ਇਸ ਤਰ੍ਹਾਂ ਭੋਲਾ ਬਣ ਰਿਹਾ ਜਿਵੇਂ ਤੈਨੂੰ ਪਤਾ ਹੀ ਨਹੀਂ ਹੁੰਦਾ ਇਸ ਤਰ੍ਹਾਂ ਬੋਲਦੇ ਆ ਨਾ ਅਸੀਂ ਤਾਂ ਇਸ ਦੇ ਵਿੱਚ ਕੀ ਆ ਇਥੇ ਕਿਹੜਾ ਵਰਤਿਆ ਗਿਆ ਵਾ ਯੂਜਕ ਸਮਾਨ ਅਧਿਕਰਣ ਯੂਜਕ ਵਰਤਿਆ ਗਿਆ ਨੈਕਸਟ ਜਦੋਂ ਅਧੀਨ ਉਪਵਾਕ ਪ੍ਰਧਾਨ ਉਪਵਾਕ ਦੀ ਕਿਰਿਆ ਦਾ ਕਾਰਨ ਦੱਸੇ ਤਾਂ ਜਿਹੇ ਉਪਵਾਕਾਂ ਨੂੰ ਜੋੜਨ ਵਾਲੇ ਅਧੀਨ ਯੂਜਕ ਨੂੰ ਕੀ ਕਹਿੰਦੇ ਆ ਹਾਂਜੀ ਜਦੋਂ ਅਧੀਨ ਉਪਵਾਕ ਪ੍ਰਧਾਨ ਉਪਵਾਕ ਦੀ ਕਿਰਿਆ ਦਾ ਕਾਰਨ ਦੱਸੇ ਤਾਂ ਅਜਿਹੇ ਉਪਵਾਕਾਂ ਨੂੰ ਜੋੜਨ ਵਾਲੇ ਨੂੰ ਕਹਿੰਨੇ ਆ ਕਾਰਣਵਾਚਕ ਕਿਰਿਆ ਨਾਮ ਤੋਂ ਹੀ ਪਤਾ ਲੱਗ ਰਿਹਾ ਨਾ ਸੌਰੀ ਮੈਂ ਕਿਰਿਆ ਬੋਲਤਾ ਕਾਰਣਵਾਚਕ ਅਧੀਨ ਯੂਜਨ ਠੀਕ ਹੈ ਯੂਜਕ ਤਾਂ ਇਸ ਦਿਖ एग्जांपल ਦੇਖ ਲੈਣੇ ਆ ਉਹ ਝੂਠ ਬੋਲਦਾ ਏ ਕਿਉਂਕਿ ਉਹ ਕਾਣਾ ਏ ਹੁਣ ਦੇਖੋ ਇਸ ਨੇ ਕੀ ਰਸ ਦਿੱਤਾ ਕਿਉਂਕਿ ਆ ਜਿਹੜਾ ਇੱਥੇ ਕੀ ਆ ਇਹ ਕਾਰਨ ਕਾਰਨਵਾਚਕ ਅਧਿਨਯੋਜਕ ਨੈਕਸਟ ਜਦੋਂ ਅਧਿਨ ਉਪਵਾਕ ਪ੍ਰਧਾਨ ਉਪਵਾਕ ਦੀ ਕਿਰਿਆ ਦਾ ਫਲ ਜਾਂ ਤੀਜਾ ਦੱਸੇ ਤਾਂ ਜਿਹੇ ਉਪਵਾਕਾਂ ਨੂੰ ਜੋੜਨ ਵਾਲੇ ਅਧਿਨਯੋਜਕ ਨੂੰ ਅਸੀਂ ਕੀ ਬੋਲਦੇ ਹਾਂ ਤਾਂ ਇਹਦਾ ਨਾਮ ਤੋਂ ਹੀ ਪਤਾ ਲੱਗ ਰਿਹਾ ਵਾ ਫਲਵਾਚਕ ਅਧਿਨਯੋਜਕ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਫਾਰ ਐਗਜ਼ਾਮਪਲ ਸਿਪਾਹੀ ਨੇ ਕਸੂਰਵਾਰ ਨੂੰ ਇੰਨਾ ਕੁੱਟਿਆ ਕਿ ਅਦਮੋਇਆ ਕਰ ਦਿੱਤਾ ਇੱਥੇ ਜਿਹੜਾ ਕੀ ਆ ਇਹ ਕੀ ਦਾ ਕੰਮ ਕਰ ਰਿਹਾ ਵਾ ਫਲਵਾਚਕ ਦਾ ਕਰ ਰਿਹਾ ਵਾ ਠੀਕ ਹੈ ਇਹਨੇ ਕਾਰਨ ਵੀ ਦੱਸਤਾ ਤੇ ਕੁੱਟ ਕੇ ਹੋਇਆ ਸੌਰੀ ਸਿਪਾਹੀ ਨੇ ਕਸੂਰਵਾਰ ਨੂੰ ਕੁੱਟਿਆ ਮਤਲਬ ਜੇ ਕਸੂਰ ਵਾਸਤੇ ਤਾਂ ਹੀ ਗੁੱਟਿਆ ਕਾਰਨ ਵੀ ਦੱਸਤਾ ਤੇ ਉੱਗੇ ਉਹਦਾ ਕੀ ਹਾਲ ਹੋਇਆ ਇਹ ਵੀ ਦੱਸਤਾ ਠੀਕ ਹੈ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ ਜਦੋਂ ਅਧੀਨ ਉਪਵਾਕ ਉਪਵਾਕ ਦੀ ਕਿਰਿਆ ਦਾ ਮਤਲਬ ਦੱਸੇ ਤਾਂ ਜਿਹੇ ਉਪਵਾਕਾਂ ਨੂੰ ਜੋੜਨ ਵਾਲੇ ਅਧਿਨਯੋਜਕ ਨੂੰ ਕੀ ਕਹਿੰਦੇ ਆ ਹਾਂਜੀ ਜਦੋਂ ਅਧੀਨ ਉਪਵਾਕ ਪ੍ਰਧਾਨ ਉਪਵਾਕ ਦੀ ਕਿਰਿਆ ਦਾ ਮਤਲਬ ਦੱਸੇ ਤਾਂ ਜਿਹੇ ਉਪਵਾਕਾਂ ਨੂੰ ਜੋੜਨ ਵਾਲੇ ਨੂੰ ਕੀ ਕਹਿੰਦੇ ਆ ਨਾਮ ਤੋਂ ਹੀ ਪਤਾ ਲੱਗ ਰਿਹਾ ਹੈ ਮੰਤਵਵਾਚਕ ਅਧੀਨ ਯੂਜਕ ਕਹਿੰਦੇ ਆ অপਸ਼ਨ ਨੰਬਰ ਡੀ ਇਸ ਆ ਰਾਈਟ ਆਂਸਰ ਫਾਰ ਐਗਜ਼ਾਮਪਲ ਉਹ ਗੱਪਾਂ ਮਾਰ ਰਿਹਾ ਹੈ ਤਾਂ ਕਿ ਸਮਾਪਤੀ ਤੋਂ ਹੋ ਜਾਵੇ অপਸ਼ਨ ਇਹਦੇ ਵਿੱਚ ਜਿਹੜੀ ਕੀ ਆ ਇਹ ਕੀ ਦਾ ਕੰਮ ਕਰ ਰਹੀ ਆ ਅ ਸੌਰੀ ਤਾਂ ਇਹਦੇ ਵਿੱਚ ਜਿਹੜਾ ਤਾਂ ਮਾਣਾ ਉਹ ਕਰ ਰਿਹਾ ਵਾ ਕੰਮ ਮੰਤਵਵਾਚਕ ਦਾ ਕਿ ਉਹ ਗੱਪਾਂ ਮਾਰ ਰਿਹਾ ਵਾ ਤਾਂ ਕਿ ਉਹਦਾ ਸਮਾ ਬਤੀਤ ਹੋ ਜਾਵੇ ਠੀਕ ਹੈ ਜੀ ਨੈਕਸਟ ਕੁਐਸ਼ਨ ਜਦੋਂ ਅਧੀਨ ਉਪਵਾਕ ਪ੍ਰਧਾਨ ਉਪਵਾਕ ਦਾ ਕਾਰਨ ਸ਼ਰਤਵਾੰਗ ਦੱਸੇ ਜਦੋਂ ਅਧੀਨ ਉਪਵਾਕ ਕਹਿੰਦਾ ਪ੍ਰਧਾਨ ਵਾਕ ਉਪਵਾਕ ਦਾ ਕਾਰਨ ਆ ਜਿਹੜਾ ਉਹ ਕਿਸੇ ਸ਼ਰਤਵਾੰਗ ਦੱਸੇ ਤਾਂ ਅਜਿਹੇ ਉਪਵਾਕਾਂ ਨੂੰ ਜੋੜਨ ਵਾਲੇ ਅਧੀਨ ਯੂਜਕ ਨੂੰ ਅਸੀਂ ਬੋਲਦੇ ਆਂ ਸ਼ਰਤਵਾਚਕ ਅਧੀਨ ਯੂਜਕ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਫਾਰ ਐਗਜ਼ਾਮਪਲ ਜੇ ਤੁਸੀਂ ਠੀਕ ਹੋਣਾ ਹੈ ਤਾਂ ਬਕਾਇਦਾ ਇਲਾਜ ਕਰਾਓ ਦੇਖੋ ਇਹ ਡਾਕਟਰ ਕਹਿ ਰਿਹਾ ਹੈ ਕਿ ਜੇਕਰ ਤੁਸੀਂ ਠੀਕ ਹੋਣਾ ਹੈ ਤਾਂ ਬਕਾਇਦਾ ਤਾਂ ਬਕਾਇਦਾ ਕੀ ਹੈ ਇੱਥੇ ਸ਼ਰਤ ਦਾ ਕੰਮ ਕਰ ਰਿਹਾ ਵਾ ਸ਼ਰਤ ਹੀ ਹੋਗੀ ਨਾ ਇਹ ਫੇਰ ਹੀ ਠੀਕ ਹੋਵੋਗੇ ਜੇ ਇਲਾਜ ਹੋਵੇਗਾ ਠੀਕ ਹੈ ਤੇ ਇਹਨੂੰ ਬੋਲਾਂਗੇ ਅਸੀਂ ਸ਼ਰਤਵਾਚਕ ਹਾਂਜੀ ਸਰਤਵਾਚਕ ਅਧੀਨ ਵਿਯੋਜਕ ਠੀਕ ਹੈ ਨੈਕਸਟ ਜਦੋਂ ਅਧੀਨ ਉਪਵਾਕ ਪ੍ਰধান ਉਪਵਾਕ ਨਾਲ ਵਿਰੋਧ ਦੱਸੇ ਤਾਂ ਜਿਹੇ ਉਪਵਾਕਾਂ ਨੂੰ ਜੋੜਨ ਵਾਲੇ ਅਧੀਨ ਯੋਜਕ ਨੂੰ ਕੀ ਕਹਿੰਦੇ ਹਨ ਹਾਂਜੀ ਜਦੋਂ ਅਧੀਨ ਉਪਵਾਕ ਪ੍ਰধান ਉਪਵਾਕ ਨਾਲ ਵਿਰੋਧ ਦੱਸੇ ਤਾਂ ਜਿਹੇ ਉਪਵਾਕਾਂ ਨੂੰ ਜੋੜਨ ਵਾਲੇ ਨੂੰ ਅਧੀਨ ਨੂੰ ਕਹਿੰਦੇ ਆ ਜੋੜਨ ਵਾਲੇ ਨੂੰ ਕਹਿੰਦੇ ਆ ਕੀ ਬੋਲਦੇ ਆ ਵਿਰੋਧ ਨਾਮ ਤੋਂ ਹੀ ਪਤਾ ਡੈਫੀਨੇਸ਼ਨ ਤੋਂ ਹੀ ਪਤਾ ਲੱਗ ਰਿਹਾ ਵਿਰੋਧਵਾਚਕ অপਸ਼ਨ ਨੰਬਰ ਏ ਇਜ਼ ਦਾ ਰਾਈਟ ਆਂਸਰ ਫੋਰ ਐਗਜ਼ਾਮਪਲ ਭਾਵੇਂ ਉਹ ਗਰੀਬ ਹੈ ਫਿਰ ਵੀ ਦਿਯਾਲੂ ਹੈ ਭਾਵੇਂ ਉਹ ਗਰੀਬ ਆ ਪਰ ਫਿਰ ਵੀ ਦਿਯਾਲੂ ਆ ਇਹਨੇ ਕੀ ਕੀਤਾ ਕਿ ਨਾਲੇ ਤਾਂ ਇਹ ਦੱਸਤਾ ਕਿ ਉਹ ਗਰੀਬ ਆ ਪਰ ਫਿਰ ਵੀ ਦਿਯਾਲੂ ਆ ਤਾਂ ਇੱਥੇ ਅਸੀਂ ਕੀ ਬੋਲਾਂਗੇ ਵਿਰੋਧਵਾਚਕ ਬੋਲਾਂਗੇ ਠੀਕ ਹੈ ਜੀ অপਸ਼ਨ ਨੰਬਰ ਏ ਇਸ ਕੁਐਸ਼ਨ ਦਾ ਰਾਈਟ ਆਂਸਰ ਹੈ ਨੈਕਸਟ ਕੁਐਸ਼ਨ ਜਦੋਂ ਪ੍ਰਧਾਨ ਵਾਚਕ ਪ੍ਰਧਾਨ ਉਪਵਾਕ ਦੇ ਅਧੀਨ ਉਪਵਾਕ ਦੋ ਚੀਜ਼ਾਂ ਦੇ ਗੁਣਾ ਆ ਗੁਣਾ ਆਦ ਦਾ ਟਕਰਾ ਕਰਨ ਟਕਰਾ ਕਰਨ ਮਤਲਬ ਤੁਲਨਾ ਕਰਨ ਤਾਂ ਜਿਹੇ ਉਪਵਾਕਾਂ ਨੂੰ ਜੋੜਨ ਵਾਲੀ ਅਧਿ ਨਿਯੋਜਕ ਨੂੰ ਕੀ ਕਹਿੰਦੇ ਆ ਤਾਂ ਜਿਹੇ ਉਪਵਾਕਾਂ ਨੂੰ ਜੋੜਨ ਵਾਲੀ ਅਧਿ ਨਿਯੋਜਕ ਨੂੰ ਬੋਲਦੇ ਆ ਤੁਲਨਾਵਾਚਕ অপਸ਼ਨ ਨੰਬਰ এ ਇਜ਼ ਦਾ ਰਾਈਟ ਆਂਸਰ ਫਾਰ ਐਗਜ਼ਾਮਪਲ ਉਹ ਇੰਨਾ ਤੇਜ਼ ਦੌੜਦਾ ਏ ਕਿ ਉਸ ਨਾਲ ਕੋਈ ਟੱਕਰ ਨਹੀਂ ਕਰ ਸਕਦਾ ਠੀਕ ਹੈ ਉਹ ਇੰਨਾ ਤੇਜ਼ ਦੌੜਦਾ ਵਾ ਕਿ ਉਸਦੇ ਨਾਲ ਕਿਸੇ ਦੀ ਤੁਲਨਾ ਹੀ ਨਹੀਂ ਕੀਤੀ ਜਾ ਸਕਦੀ ਤੇ ਇਸ ਦੇ ਵਿੱਚ ਜਿਹੜਾ ਤੁਲਨਾਵਾਚਕ ਆ ਠੀਕ ਹੈ ਉਹਨਾਂ ਸੰਬੰਧਕ ਵਰਤਿਆ ਗਿਆ ਵਾ ਕੀ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਹਾਂਜੀ ਨੈਕਸਟ ਜੋ ਸਾਡਾ ਟਾਪਿਕ ਆ ਉਹ ਹੈ ਬਿਸਮੇਕਰ ਦੇਖੋ ਜਿਹੜਾ ਵੀ ਬਿਸਮਿਕ ਟਾਪਿਕ ਅਸੀਂ ਕਰਾਂਗੇ ਇਹ ਨੈਕਸਟ ਪਾਰਟ ਦੇ ਵਿੱਚ ਕਰਾਂਗੇ ਕਿਉਂਕਿ ਜਦੋਂ ਵੀ ਫਿਰ ਅੱਗੇ ਅਸੀਂ ਨੈਕਸਟ ਪਾਰਟ ਸ਼ੁਰੂ ਕਰਦੇ ਹਾਂ ਤਾਂ ਮੈਨੂੰ ਪ੍ਰੀਵੀਅਸ ਐਮਸੀਕਿਊ ਜਿਹੜੇ ਕਰਵਾ ਚੁੱਕੀ ਉਹਨੇ ਉਹ ਦਿਖਾਉਣੇ ਪੈਂਦੇ ਆ ਇਸ ਕਰਕੇ ਅਸੀਂ ਇਸ ਦਾ ਐਂਡ ਇੱਥੇ ਹੀ ਕਰ ਦਈਏ ਤਾਂ ਜੋ ਅਸੀਂ ਕੱਲ ਤੋਂ ਬਿਸਮਿਕ ਬਾਰੇ ਹੀ ਪੜ ਸਕੀਏ ਤੇ ਇੱਕ ਟਾਪਿਕ ਆਪਦਾ ਪੂਰਾ ਕਵਰ ਕਰੀਏ ਠੀਕ ਹੈ ਪਿਛਲੇ ਨਾਂ ਦਿਖਾਉਣੇ ਪੈਣ ਦੇ ਨਾਲ ਤੁਹਾਡਾ ਵੀ ਟਾਈਮ ਖਰਾਬ ਹੁੰਦਾ ਹੈ ਹਾਂਜੀ ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ